ਸਤਿ ਸ਼੍ਰੀ ਅਕਾਲ ਨਵੇਂ ਬਲੌਗ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਤੇ ਅਸੀਂ ਆ ਰਾਜਿਆਂ ਦੇ ਦੇਸ਼ ਰਾਜਸਥਾਨ। ਬਾਕੀ ਇੱਥੇ ਆ ਕੇ ਫੀਲ ਹੁੰਦਾ ਵੀ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਹੈ ਤੇ ਇਹਨਾਂ ਦਾ ਆਰਕੀਟੈਕਚਰ ਆ ਬਹੁਤ ਜ਼ਿਆਦਾ ਸੋਹਣਾ ਹੈ, ਰਾਜਿਆਂ ਟਾਈਪ ਹੀ ਫੀਲ ਹੁੰਦਾ ਤੁਹਾਨੂੰ। ਇਹ ਫੀਲ ਕਰਾਉਂਦਾ, ਪ੍ਰੋਪਰ ਇੱਕ ਫੀਲ ਦਿੰਦਾ। ਕੱਲ ਆਪਾਂ ਇਸੇ ਹੋਟਲ ਦੇ ਵਿੱਚ ਇੱਥੇ ਹੀ ਵਲੌਗ ਸਮਾਪਤ ਕੀਤਾ ਸੀ, ਅੱਜ ਉੱਥੋਂ ਹੀ ਫੇਰ ਸ਼ੁਰੂ ਕਰ ਰਹੇ ਹਾਂ। ਜਿਵੇਂ ਕਿ ਕੱਲ ਦੇ ਵਲੌਗ 'ਚ ਆਪਣੀਆਂ ਕੁਝ ਗੱਲਾਂ ਰਹਿ ਗਈਆਂ ਸੀ ਕਿ ਕਿੱਥੇ ਤੁਹਾਨੂੰ ਹੋਟਲ ਲੈਣਾ ਚਾਹੀਦਾ ਰਾਜਸਥਾਨ, ਜੈਪੁਰ ਆ ਕੇ। ਫਿਲਹਾਲ ਅਸੀਂ ਰਾਜਸਥਾਨ ਦੀ ਰਾਜਧਾਨੀ ਜੈਪੁਰ ਹਾਂ ਅਤੇ ਜੈਪੁਰ ਤੋਂ ਆਪਾਂ ਟੂਰ ਸਟਾਰਟ ਕਰਾਂਗੇ ਤੁਹਾਨੂੰ ਪੂਰਾ ਰਾਜਸਥਾਨ, ਜਿਵੇਂ ਲਾਸਟ ਬਲੌਗ 'ਚ ਦੱਸਿਆ ਸੀਗਾ ਪਾਕਿਸਤਾਨ ਤੱਕ, ਜੋ ਜੈਸਲਮੇਰ ਤੱਕ ਜਿੱਥੇ ਰੇਤ ਦੇ ਟਿੱਬੇ ਆ ਉੱਥੇ ਤੱਕ ਸਾਰਾ ਰਾਜਸਥਾਨ ਘੁੰਮਾ ਦੇਣਾ। ਅਤੇ ਜਿਹੜਾ ਅੱਜ ਦਾ ਬਲੌਗ ਹੈ, ਅੱਜ ਦੇ ਬਲੌਗ ਤੁਹਾਨੂੰ ਦੱਸਾਂਗੇ ਕਿ ਕਿੱਥੇ ਤੁਸੀਂ ਰਾਜਧਾਨੀ 'ਚ ਆ ਕੇ ਹੋਟਲ ਲੈਣਾ, ਕਿਹੜੀਆਂ ਚੀਜ਼ਾਂ ਇੱਥੇ ਦੇਖਣ ਵਾਲੀਆਂ, ਜਿਵੇਂ ਹਵਾ ਮਹਿਲ ਹੈ, ਅੰਬੇਰ ਫੋਰਟ ਹੈ, ਸਿਟੀ ਪੈਲਸ ਹੈ ਅਤੇ ਜੈਗੜ ਫੋਰਟ ਹੈ, ਹੋਰ ਵੀ ਬਹੁਤ ਸਾਰਾ, ਜਿਵੇਂ ਜਲ ਮਹਿਲ ਹੈ। ਜਿੰਨੀਆਂ ਵੀ ਚੀਜ਼ਾਂ ਜੈਪੁਰ 'ਚ ਦੇਖਣ ਵਾਲੀਆਂ ਉਹ ਅੱਜ ਦੇ ਬਲੌਗ 'ਚ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲਣਗੀਆਂ। ਇਹ ਹੈ ਜੈਪੁਰ ਦੀ ਪਿੰਕ ਸਿਟੀ, ਜਿੱਥੇ ਅਸੀਂ ਹੁਣ ਤੁਰੇ ਜਾ ਰਹੇ ਹਾਂ, ਅਤੇ ਇਹ ਸਾਰਾ ਅੰਮ੍ਰਿਤਸਰ ਸਾਹਿਬ ਵਾਂਗੂ ਪੂਰਾ ਹੈਰੀਟੇਜ ਸਟਰੀਟ ਬਣੀ ਹੋਈ ਹੈ। ਜਿੰਨਾ ਜੈਪੁਰ ਦੇ ਵਿੱਚ ਦੇਖਣ ਵਾਲਾ ਸਾਰਾ ਕੁਛ ਉਹ ਇਹ ਪਿੰਕ ਸਿਟੀ ਦੇ ਵਿੱਚ ਹੈ। ਹਵਾ ਮਹਿਲ, ਜੰਤਰ ਮੰਤਰ, ਜਲ ਮਹਿਲ ਥੋੜ੍ਹਾ ਜਿਹਾ ਦੂਰ ਹੈ, ਉਹ ਜਦੋਂ ਆਪਾਂ ਅੰਬੇਰ ਫੋਰਟ ਨੂੰ ਜਾਂਦੇ ਹਾਂ ਰਸਤੇ 'ਚ ਆਉਂਦਾ। ਜ਼ਿਆਦਾਤਰ ਸਾਰੀਆਂ ਚੀਜ਼ਾਂ ਇਹਦੇ ਅੰਦਰ ਹੈ ਜਿਹੜੀਆਂ ਦੇਖਣ ਨੂੰ ਬਣੀਆਂ ਹੋਈਆਂ। ਅਤੇ ਹੁਣ ਅਸੀਂ ਲੈਂਦੇ ਕੋਈ ਆਟੋ ਲੈ ਕੇ ਅਸੀਂ ਪਹੁੰਚਦੇ ਹਾਂ ਹਵਾ ਮਹਿਲ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਹਵਾ ਮਹਿਲ ਤੋਂ, ਅਤੇ ਉਹਦੇ ਨੇੜੇ ਸਿਟੀ ਪੈਲਸ ਜਾਂ ਜਿੰਨੀਆਂ ਵੀ ਹੋਰ ਚੀਜ਼ਾਂ ਉਹ ਤੁਹਾਨੂੰ ਦਿਖਾਵਾਂਗੇ। ਇਹ ਪਿੰਕ ਸਿਟੀ ਦਾ ਗੇਟ ਹੈ, ਅਸਲ 'ਚ ਨਾ ਜਿੰਨਾ ਜੈਪੁਰ ਦਾ ਪਿੰਕ ਸਿਟੀ ਇਹਦੇ ਅੰਦਰ ਹੈ, ਗੇਟ ਬਣਾਏ ਹੋਏ ਆ ਬਾਹਰ, ਜਿਵੇਂ ਯਾਰ ਆਪਣੇ ਹੁਣ ਅੰਮ੍ਰਿਤਸਰ ਸਾਹਿਬ ਵੀ ਬਣਾਤਾ ਹੈ ਨਾ ਹੈਰੀਟੇਜ ਸਟਰੀਟ, ਉਸੇ ਤਰ੍ਹਾਂ ਇੱਥੇ ਵੀ ਬਣਿਆ। ਇੱਥੇ ਬਹੁਤ ਸਾਲਾਂ ਦਾ ਬਣਿਆ, ਮੈਂ 10 ਸਾਲ ਪਹਿਲਾਂ ਆਇਆ ਸੀ ਇੱਥੇ 2011 'ਚ ਪਹਿਲੀ ਵਾਰ, ਉਸ ਤੋਂ ਬਾਅਦ ਤਾਂ 3-4 ਵਾਰ ਆ ਗਿਆ, ਅਤੇ ਉਦੋਂ ਤੋਂ ਇੱਥੇ ਬਣੇ ਹੋਏ ਆ ਇਹ, ਉਦੋਂ ਪੁਰਾਣੇ ਪਤਾ ਨਹੀਂ ਕਦੋਂ ਦੇ ਹੋਣਗੇ, ਮੈਂ ਉਦੋਂ ਦੇ ਦੇਖੇ। ਇਹਦੇ ਅੰਦਰ ਸਾਰਾ ਪਿੰਕ ਸਿਟੀ ਹੈ, ਹਵਾ ਮਹਿਲ, ਜੰਤਰ ਮੰਤਰ ਅਤੇ ਸਾਰਾ ਕੁਛ ਇੱਧਰ ਹੀ ਹੈ, ਅੰਬੇਰ ਫੋਰਟ। ਸਰਦੀਆਂ ਦੇ ਦਿਨ ਹੈ, ਮਾਹੌਲ ਇੰਨਾ ਗਰਮ ਹੋਇਆ ਨਹੀਂ, ਮੈਂ ਸਵੇਰੇ ਸਵੇਰੇ ਬਾਹਰ ਆ ਗਿਆ, ਦੁਕਾਨਾਂ ਦੁਕਾਨਾਂ ਅਜੇ ਖੁੱਲੀਆਂ ਨਹੀਂ। ਠੰਡ ਇੱਥੇ ਆਪਣੇ ਨਾਲੋਂ ਘੱਟ ਲੱਗ ਰਹੀ ਹੈ, ਹੁਣ ਲੱਗ ਨਹੀਂ ਰਹੀ ਯਾਰ, ਗਰਮੀ ਲੱਗ ਰਹੀ ਹੈ। ਇਹ ਹੈ ਹਵਾ ਮਹਿਲ ਦਾ ਅੰਦਰਲਾ ਪਾਸਾ, ਬਾਹਰੋਂ ਤਾਂ ਤੁਸੀਂ ਕਈ ਵਾਰ ਦੇਖਿਆ ਹੋਣਾ ਇਹਨੂੰ, ਹਵਾ ਮਹਿਲ ਨੂੰ, ਜਿਹੜੇ ਆਏ ਆ ਖੈਰ ਉਹਨਾਂ ਦਾ ਅੰਦਰੋਂ ਵੀ ਦੇਖਿਆ ਹੋਣਾ। ਅਤੇ ਅਸੀਂ ਹੁਣ ਅੰਦਰਲੇ ਪਾਸੇ, ਇੱਥੋਂ ਟਿਕਟ ਮਿਲੂਗੀ, ਟਿਕਟ ਲੈ ਕੇ ਫਿਰ ਆਪਾਂ ਇਹਦੇ ਉੱਪਰ ਜਾਵਾਂਗੇ ਹਵਾ ਮਹਿਲ ਦੇ। ਟਿਕਟ ਪਤਾ ਨਹੀਂ ਕਿੰਨੀਆਂ ਹੋ ਜਾਏ ਤੋਂ ਆਪਾਂ ਨੂੰ ਪਤਾ ਲੱਗੂਗਾ। ਇਹਦੀ ਮੇਨ ਐਂਟਰੀ ਹੈ, ਇੱਥੋਂ ਦੀ ਆਪਾਂ ਅੰਦਰ ਜਾਵਾਂਗੇ, ਅਤੇ ਪਹਿਲਾਂ ਲੈਣੀ ਆਪਾਂ ਟਿਕਟ। ਟਿਕਟ ਘਰ ਹੈਗਾ ਅੱਗੇ, ਖੁਸ਼ੀ ਨੇ ਲੈ ਲਈ ਟਿਕਟ, 40 ਰੁਪਏ। ਇਹ ਰਾਜਸਥਾਨ ਦੀ ਨਾ ਯਾਰ ਇੱਕ ਗੱਲ ਬੜੀ ਵਧੀਆ ਲੱਗਦੀ ਹੈ ਮੈਨੂੰ, ਅਤੇ ਸਟੂਡੈਂਟ ਲਈ ਵਿਸ਼ੇਸ਼ ਕਨਸੈਸ਼ਨ ਦਿੰਦੇ, ਅਸੀਂ PhD ਕਰਦੇ ਹਾਂ ਦੋਨੋਂ ਜਾਣੇ, ਅਤੇ ਸਾਨੂੰ ਮਿਲੀ ਹੈ 20-20 ਰੁਪਏ ਦੀ, ਵੈਸੇ 100 ਰੁਪਏ ਦੀ ਹੈ, ਜੇ ਆਈ ਕਾਰਡ ਆਪਣਾ ਨਾਲ ਲੈ ਕੇ ਭਾਵੇਂ ਊਂ ਬਣਾ ਲਿਆਇਓ, 20 ਰੁਪਏ ਦੀ ਟਿਕਟ ਮਿਲ ਜੂਗੀ, ਨਹੀਂ ਭਰਾਵੋ ਤੁਹਾਨੂੰ ਮਿਲਣੀ ਹੈ 100 ਦੀ। ਇਹ ਹਵਾ ਮਹਿਲ ਦਾ ਮੇਨ ਗੇਟ ਹੈ, ਅਤੇ ਇੱਥੋਂ ਆਪਾਂ ਚੱਲਾਂਗੇ ਅੰਦਰ। ਅਜੇ ਯਾਰ ਭੀੜ ਨਾ ਘੱਟ ਹੈ, ਅਸਲ 'ਚ ਅਸੀਂ ਸਵੇਰੇ ਸਵੇਰੇ ਆ ਗਏ ਤਾਂ ਕਰਕੇ ਭੀੜ ਘੱਟ, ਨਹੀਂ ਤਾਂ ਯਾਰ ਰਸ਼ ਬਹੁਤ ਹੁੰਦਾ ਇੱਥੇ, ਭੀੜ ਇੰਨੀ ਜ਼ਿਆਦਾ ਹੁੰਦੀ ਹੈ। ਅਤੇ ਇਹਦਾ ਪਿਛਲਾ ਪਾਸਾ ਅੰਦਰਲਾ ਪਾਸਾ, ਬਾਹਰੋਂ ਦਾ ਪੂਰਾ ਗੁਲਾਬੀ ਹੈ, ਇਹ ਅੰਦਰੋਂ ਐਵੇਂ ਦਾ, ਅੰਦਰੋਂ ਨਾ ਪੂਰਾ ਪੁਰਾਣਾ ਆਰਕੀਟੈਕਚਰ ਹੈ, ਕਿੰਨਾ ਮੈਨੂੰ ਲੱਗਦਾ ਲਗਭਗ 200 ਸਾਲ ਪੁਰਾਣਾ ਹੋ ਗਿਆ ਇਹ। ਅਤੇ ਇੱਧਰਲੇ ਪਾਸੇ ਕਮਰੇ ਬਣੇ ਹੋਏ ਆ, ਇਹਦੇ ਵਿੱਚ ਅਸਲ 'ਚ ਇਹ ਮਹਿਲ ਹੁੰਦਾ ਸੀਗਾ ਸਵਾਈ ਪ੍ਰਤਾਪ ਸਿੰਘ ਦਾ, ਅਤੇ ਗਰਮੀਆਂ ਦਾ ਮਹਿਲ ਸੀਗਾ ਤਾਂ ਕਰਕੇ ਇਹਦਾ ਨਾਮ ਮਤਲਬ ਹਵਾ ਮਹਿਲ। ਖਿੜਕੀਆਂ ਉੱਪਰ ਜਾ ਕੇ ਤੁਹਾਨੂੰ ਦਿਖਾਊਂ ਉੱਪਰ ਕਿੰਨੀਆਂ ਖਿੜਕੀਆਂ ਰੱਖੀਆਂ ਹੋਈਆਂ ਇਹ 'ਚ। ਅਤੇ ਰਾਜਸਥਾਨ ਅਸਲ 'ਚ ਰਾਜਿਆਂ ਦਾ, ਤੁਹਾਨੂੰ ਜਿਵੇਂ ਵਲੌਗ ਦੇ ਸ਼ੁਰੂ 'ਚ ਗਏ, ਰਾਜਿਆਂ ਦਾ ਦੇਸ਼ ਹੈ, ਅਤੇ ਵਾਕਈ ਇੱਕ ਰੋਇਲ ਫੀਲ ਆਉਂਦਾ ਇੱਥੇ ਯਾਰ ਜਦੋਂ ਤੁਸੀਂ ਆਉਂਦੇ ਹੋ ਨਾ ਇੱਥੇ ਦੇਖਣ ਆਉਂਦੇ ਹੋ। ਇੱਥੋਂ ਉੱਪਰ ਚੜ੍ਹਨ ਨੂੰ ਰਸਤਾ, ਇੱਥੋਂ ਚੜ੍ਹ ਕੇ ਹੁਣ ਉੱਪਰ, ਇਹ ਪਹਿਲੀ ਮੰਜ਼ਿਲ ਹੈ ਸ਼ਾਇਦ, ਇਹਦੀਆਂ 5 ਮੰਜ਼ਿਲਾਂ, 5 ਮੰਜ਼ਿਲਾਂ ਦੱਸਦੇ ਆ, ਅਤੇ ਇੱਥੋਂ ਉੱਪਰਲੀ ਮੰਜ਼ਿਲ ਨੂੰ ਵੀ ਰਾਹ ਜਾਂਦਾ, ਪਰ ਆਪਾਂ ਇਕੱਲੀ ਇਕੱਲੀ ਮੰਜ਼ਿਲ 'ਤੇ ਜਾ ਕੇ ਫਿਰ ਅੱਗੇ ਵਧਾਂਗੇ। ਉਹ ਦੇਖੋ ਯਾਰ ਬਾਹਰੋਂ ਨਾ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ, ਹੁਣ ਸਵੇਰੇ ਸੂਰਜ ਚੜ੍ਹ ਰਿਹਾਗਾ, ਅਤੇ ਅੰਦਰ ਇੱਥੇ ਨਾ ਰੰਗ ਦੇਖੋ ਕਿਵੇਂ ਖਿੜ ਰਹੇ, ਅਤੇ ਬਾਹਰਲੇ ਪਾਸੇ ਵੀ ਆਪਾਂ ਨੂੰ ਦਿਖਦਾ ਵੀ ਹੈ ਸਾਰਾ ਲੱਗਿਆ ਹੋਇਆ ਪੂਰਾ ਵਧੀਆ, ਅਤੇ ਹਜੇ ਤੱਕ ਨਹੀਂ ਟੁੱਟਿਆ ਕੱਚ ਲੱਗਿਆ। ਰਤਨ ਮੰਦਰ ਇਹਦਾ ਨਾਮ, ਰਤਨਾ ਮੰਦਰ ਮੰਦਰ ਹੋਇਆ ਕਰਦਾ ਸੀਗਾ ਇਹ। ਅਤੇ ਜਿਵੇਂ ਆਪਣੇ ਹੁਣ ਵੀ ਅਲੱਗ ਅਲੱਗ ਪਾਰਟ ਹੁੰਦੇ ਨਾ, ਆਪਾਂ ਘਰ 'ਚ ਬਣਾਉਂਦੇ ਹਾਂ ਜਾਂ ਮਹਿਲ 'ਚ ਬਣਾਉਂਦੇ ਹਾਂ, ਉਵੇਂ ਇਹਦੇ ਬਣੇ ਹੋਣਗੇ। ਅਤੇ ਜਿਵੇਂ ਮੰਦਰ ਬਣੇ ਆ ਕਿਤੇ ਉਹ ਬਣੇ ਆ, 365 ਖਿੜਕੀਆਂ ਇਹਦੀਆਂ ਜਿਹੜੀਆਂ ਹੈ ਨਾ, 365 ਖਿੜਕੀਆਂ ਇਹਦੀਆਂ, ਅਤੇ 90 ਫੁੱਟ ਇਹਦੀ ਉਚਾਈ ਹੈ। 1799 'ਚ ਬਣਾਇਆ ਸੀਗਾ ਇਹ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ। ਇੱਥੋਂ ਦੀ ਆਪਾਂ ਨਿਕਲਦੇ ਹਾਂ ਬਾਹਰ, ਆ ਬਾਹਰੇ ਵਿਹੜਾ ਆ ਗਿਆ ਇਹਦੇ, ਅਤੇ ਇੱਥੋਂ ਮੈਨੂੰ ਲੱਗਦਾ ਸਾਰੀ ਆਪਾਂ ਨੂੰ ਸੜਕ ਵੀ ਦਿਖ ਜੂਗੀ, ਜਿਹੜਾ ਬਾਹਰੇ ਪਾਸੇ ਰੋਡ ਹੈ ਨਾ, ਅਤੇ ਆਹ ਬਾਹਰਲਾ ਪਾਸਾ ਇਹਦਾ ਹਵਾ ਮਹਿਲ ਦਾ, ਖਿੜਕੀ ਦੇ ਵਿੱਚੋਂ ਦੀ ਬਾਹਰ ਝਾਕ ਸਕਦੇ ਹਾਂ। ਇਹ ਖਿੜਕੀਆਂ ਜਿਹੜੀਆਂ ਹਵਾ ਨੂੰ ਰੱਖੀਆਂ ਗਈਆਂ ਸੀਗੀਆਂ, ਜਿਹੜੀਆਂ ਸਾਰੀਆਂ ਮਤਲਬ ਇਹਦੇ ਵਿੱਚ ਦੀ ਹਵਾ ਕ੍ਰੋਸ ਹੁੰਦੀ ਸੀਗੀ, ਅਤੇ ਚੜ੍ਹਦੇ ਵਾਲੇ ਪਾਸੇ ਇਹਦਾ ਮੂੰਹ ਹੈਗਾ ਹਵਾ ਮਹਿਲ ਦਾ। ਜ਼ਿਆਦਾਤਰ ਜਿਹੜਾ ਜਿਵੇਂ ਹਿੰਦੂ ਆਰਕੀਟੈਕਚਰ ਹੈਗਾ ਉਹਦਾ ਐਵੇਂ ਰੱਖਿਆ ਜਾਂਦਾ ਹੈਗਾ। ਅਤੇ ਮਹਾਰਾਜਾ ਵੀ ਇਹ ਮਹਾਰਾਜਾ ਜਿਹੜਾ ਸਵਾਈ ਪ੍ਰਤਾਪ ਸਿੰਘ,
ਹਿੰਦੂ ਰਿਲੀਜਨ ਨਾਲ ਸੰਬੰਧਿਤ ਸੀਗੇ ਅਤੇ ਇਹਨਾਂ ਦੀ ਫੈਮਿਲੀ ਯਾਰ ਅੱਜ ਵੀ ਹੈਗੀ ਹੈ, ਰੋਇਲ ਫੈਮਿਲੀ ਤੋਂ ਨੇ ਇਹ ਅਤੇ ਅੱਜ ਵੀ ਇਹਨਾਂ ਦੀ ਜਿਹੜੀ ਵੰਸ਼ ਹੈਗੀ ਇੱਥੇ ਰਹਿੰਦੀ ਹੈ। ਸਿਟੀ ਪੈਲਸ ਆਪਾਂ ਇਦੂ ਬਾਅਦ 'ਚ ਦੇਖਾਂਗੇ ਕਿੱਥੇ ਰਹਿੰਦੇ ਨੇ ਇਹ, ਦੇਖਦੇ ਹੈਗਾ ਮਹਾਰਾਜ ਦੀ ਫੈਮਿਲੀ ਕਿੱਥੇ ਰਹਿੰਦੀ ਹੈ ਅਤੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਜਦੋਂ ਨਾ ਇਹਦੇ ਉੱਪਰ ਜਾਂਦੇ ਹਾਂ ਐਵੇਂ ਦੀਆਂ ਇੱਥੇ ਖਿੜਕੀਆਂ ਰੱਖੀਆਂ ਹੋਈਆਂ ਰਸਤੇ 'ਚ ਰਾਹ ਜਾਂਦੇ ਨੂੰ, ਦਿਨੇ ਤਾਂ ਇੱਥੇ ਬਹੁਤ ਭੀੜ ਹੁੰਦੀ ਹੈ, ਇੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ ਜਿੱਥੋਂ ਦੀ ਆਪਾਂ ਉੱਪਰ ਜਾ ਰਹੇ ਹਾਂ। ਅਤੇ ਇਹਦਾ ਸਵੇਰ ਦਾ ਟਾਈਮ ਹੈ ਤਾਂ ਕਰਕੇ ਮਤਲਬ ਸਪੇਸ ਹੈ, ਹਾਂ ਤਾਂ ਹੀ ਸਵੇਰੇ ਆਏ। ਆ ਗਈ ਉੱਪਰਲੀ ਮੰਜ਼ਿਲ, ਉੱਪਰੋਂ ਗੁਲਾਬੀ ਹੋ ਗਿਆ ਹੈ। ਇਹਦੀ ਦੂਸਰੀ ਮੰਜ਼ਿਲ 'ਤੇ ਵੀ ਮੰਦਰ ਟਾਈਪ ਹੀ ਹੈ, ਜਿਵੇਂ ਹੇਠਾਂ ਮੰਦਰ ਸੀ ਇਹ ਵੀ ਮੰਦਰ ਹੈਗਾ, ਅਤੇ ਸੇਮ ਹੀ ਅੰਦਰੋਂ ਵੀ ਦੂਸਰੀ ਮੰਜ਼ਿਲ 'ਤੇ ਵੀ। ਅਸਲ 'ਚ ਨਾ ਇਹ ਥੱਲੋਂ ਯਾਰ ਜ਼ਿਆਦਾ ਇਸ ਤਰ੍ਹਾਂ ਹੈਗਾ, ਮਤਲਬ ਉੱਪਰ ਜਾਂਦੇ ਨੂੰ ਘੱਟ 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 ਇੱਦਾਂ ਹੋਈ ਜਾਂਦਾ, ਉੱਪਰ ਜਾ ਕੇ ਇੱਕ ਗੁੰਬਦ ਤਿੱਖਾ ਰਹਿ ਜਾਂਦਾ ਬਸ ਉੱਪਰਲੀ ਮੰਜ਼ਿਲ 'ਤੇ ਚੱਲਦੇ ਆ। ਇਹ ਚੌਥੀ ਮੰਜ਼ਿਲ ਆ ਗਈ, ਹਵਾ ਮਹਿਲ ਦੀ ਚੌਥੀ ਮੰਜ਼ਿਲ। ਇੱਥੇ ਤਾਂ ਪੂਰੇ ਹਵਾ ਦੇ ਬੁੱਲੇ ਵਗਦੇ ਆ ਕਹਿੰਦੇ, ਇੱਥੋਂ ਜੈਪੁਰ ਦਿਖਣ ਲੱਗ ਜਾਂਦਾ ਥੋੜ੍ਹਾ ਥੋੜ੍ਹਾ, ਉਹ ਜੈਪੁਰ ਸ਼ਹਿਰ ਦਿਖ ਰਿਹਾ। ਅਤੇ ਇੱਥੋਂ ਪੰਜਵੀਂ ਮੰਜ਼ਿਲ ਦਾ ਰਸਤਾ ਹੈਗਾ, ਪੰਜਵੀਂ ਮੰਜ਼ਿਲ ਨੂੰ ਨਿੱਕੀਆਂ ਜਿਹੀਆਂ ਪੌੜੀਆਂ ਜਾਂਦੀਆਂ ਉੱਪਰ, ਹੁਣ ਪੰਜਵੀਂ ਮੰਜ਼ਿਲ 'ਤੇ ਪਹੁੰਚਾਂਗੇ, ਇੱਥੇ ਟੌਪ ਹੈਗਾ। ਇਹ ਹੈ ਹਵਾ ਮਹਿਲ ਦਾ ਬਿਲਕੁਲ ਉੱਪਰਲਾ ਪਾਸਾ, ਜੇ ਇੱਕ ਅੱਧੀ ਛੱਤ ਹੋਰ ਹੈ ਹੁਣ ਨਾਲ ਹੁੰਦੇ ਉਹ ਵੀ ਚੜ੍ਹ ਜਾਂਗੇ ਆਪਾਂ, ਪਰ ਇਹ ਖਿੜਕੀਆਂ ਸਿਰਫ, ਇੱਥੇ ਭੀੜਾ ਬਹੁਤ ਹੋ ਗਿਆ ਕੰਮ, ਅਤੇ ਕਿਸੇ ਮੋਟੇ ਬੰਦੇ ਤੋਂ ਲੰਘਿਆ ਜਾਣਾ ਯਾਰ ਇੱਥੇ। ਅਤੇ ਇਹ ਨਿੱਕੀਆਂ ਨਿੱਕੀਆਂ ਗਲੀਆਂ ਇੱਥੋਂ ਦੀ ਹਵਾ ਪੈਂਦੀ ਸੀ ਤਾਂ ਕਰਕੇ ਹਵਾ ਮਹਿਲ, ਆ ਖਿੜਕੀਆਂ ਵੀ ਖੁੱਲਦੀਆਂ ਹੋਣਗੀਆਂ ਮੈਨੂੰ ਲੱਗਦਾ, ਬੰਦ ਪੇ ਚਲਾਏ ਹੋਏ। ਇਹ ਹਵਾ ਮਹਿਲ ਦਾ ਬਈ ਬਿਲਕੁਲ ਉੱਪਰਲੇ ਪਾਸੇ, ਅਤੇ ਪੂਰਾ ਜੈਪੁਰ ਦਿਖਦਾ ਇੱਥੋਂ, ਇੱਧਰਲੇ ਪਾਸੇ ਹੈ ਜੈਪੁਰ, ਅਤੇ ਉਹ ਸਾਹਮਣੇ ਰਿਹਾ ਸਿਟੀ ਪੈਲਸ। ਇਸ ਤੋਂ ਬਾਅਦ 'ਚ ਆਪਾਂ ਉਹ ਸਿਟੀ ਪੈਲਸ ਦੇਖਾਂਗੇ, ਜੰਤਰ ਮੰਤਰ, ਉਹ ਜਿਹੜੀ ਉੱਚੀ ਬਿਲਡਿੰਗ ਉਹ ਜੰਤਰ ਮੰਤਰ ਹੈ। ਅਤੇ ਕੱਲ੍ਹ ਦੇ ਵਲੋਗ ਤੁਹਾਨੂੰ ਦੇਖਣ ਨੂੰ ਮਿਲਣਗੇ ਉਹ ਕਿਲ੍ਹਾ, 3 ਕਿਲ੍ਹੇ ਆ ਇੱਥੇ, ਉਹ ਕੱਲ੍ਹ ਨੂੰ ਦਿਖਾਵਾਂਗੇ ਜਿਹੜੇ ਕਿਲ੍ਹੇ ਆ। ਅਤੇ ਇੱਥੇ ਟੌਪ ਪੁਆਇੰਟ ਹੈਗਾ, ਮਤਲਬ ਜਿੱਥੋਂ ਪੂਰਾ ਜੈਪੁਰ ਦਿਖਦਾ, ਇੱਧਰਲੇ ਪਾਸਿਓਂ ਵੀ ਦਿਖਾ ਦਈਏ, ਕੋਈ ਕਸਰ ਨਾ ਰਹੇ ਫਿਰ ਕਹੋਗੇ ਜੈਪੁਰ ਨਹੀਂ ਦਿਖਾਇਆ। ਲਓ ਜੀ ਇੱਧਰੋਂ ਵੀ ਜੈਪੁਰ ਹੈ, ਅਤੇ 3 ਕਿਲ੍ਹੇ ਆ ਜਿਹੜੇ ਕਿਲ੍ਹਿਆਂ ਦੱਸਦਾ ਸੀ, ਇੱਕ ਤਾਂ ਇੱਧਰ ਨਾਰਗੜ੍ਹ ਫੋਰਟ ਹੈ, ਅਤੇ ਇੱਧਰ ਅੰਬੇਰ ਫੋਰਟ ਹੈ, ਅਤੇ ਇੱਕ ਜੈਗੜ੍ਹ ਫੋਰਟ ਹੈ ਵਿਚਾਲੇ, 3 ਕਿਲ੍ਹੇ ਆ। ਤਿੰਨੇ ਕੱਲ੍ਹ ਦੇ ਵਲੋਗ 'ਚ ਤੁਹਾਨੂੰ ਦੇਖਣ ਨੂੰ ਮਿਲਣਗੇ। ਇਹ ਤੋਂ ਬਾਅਦ 'ਚ ਆਪਾਂ ਜਾਵਾਂਗੇ ਸਿਟੀ ਪੈਲਸ, ਇੱਥੇ ਪੈਂਦਾ ਜੰਤਰ ਮੰਤਰ ਦੇਖਾਂਗੇ, ਅਤੇ ਉਦੋਂ ਬਾਅਦ 'ਚ ਹਾਲ ਆਫ ਮਿਊਜ਼ੀਅਮ ਉਹ ਅਨਦਰ ਸਾਈਡ ਹੈ, ਇੱਕ ਉਹ ਦੇਖਾਂਗੇ। ਹਵਾ ਮਹਿਲ ਦੇ ਇੱਕ ਸਾਈਡ 'ਤੇ ਬਣਿਆ ਹੋਇਆ ਹੈਗਾ, ਅਤੇ ਦੇਖਣ ਨੂੰ ਇੱਥੋਂ ਹਵਾ ਮਹਿਲ ਆ, ਪੂਰਾ ਉੱਪਰਲੀ ਛੱਤ ਦਿਖਦੀ ਹੈ। ਜੈਪੁਰ ਦੇ ਨੇ ਆਲੇ ਦੁਆਲੇ ਪਹਾੜ ਨੇ, ਜੈਪੁਰ ਵੈਸੇ ਪਲੇਨ ਹੈਗਾ, ਜਿਵੇਂ ਉਹ ਦੇਖਦੇ ਧੁੰਦਲੇ ਧੁੰਦਲੇ ਹੁਣ ਸਰਦੀਆਂ ਕਰਕੇ ਘੱਟ ਦਿਖਦੇ ਆ, ਅਤੇ ਸਾਰੇ ਪਹਾੜ ਆ, ਇਹ ਪਹਾੜਾਂ ਵਾਲੀ ਧਰਤੀ ਹੈ ਜੈਪੁਰ, ਅਤੇ ਵਿਚਾਲੇ ਸ਼ਹਿਰ ਪੱਧਰੇ 'ਚ ਵਸਿਆ ਹੋਇਆ ਹੈਗਾ, ਅਤੇ ਉਹ ਸਾਹਮਣੇ ਵੀ ਪਹਾੜ ਆ ਗਏ, ਉੱਧਰ ਸਾਰੇ ਆ ਪਹਾੜ ਹੀ ਪਹਾੜ ਨੇ। ਰਾਜਸਥਾਨ 'ਚ ਨਾ ਯਾਰ ਤੁਹਾਨੂੰ ਬਹੁਤ ਕਮਾਲ ਦੀਆਂ ਚੀਜ਼ਾਂ ਮਿਲਣਗੀਆਂ, ਅਤੇ ਇਹ ਦਰਵਾਜ਼ਾ ਦੇਖੋ ਤੁਸੀਂ, ਮਤਲਬ ਫੀਲ ਕਰ ਸਕਦੇ ਹੋ ਇੱਥੇ ਆ ਕੇ, ਇਹਦੇ ਰੰਗ ਪੇਂਟ ਮਤਲਬ ਸਬਜ਼ੀਆਂ ਤੋਂ ਜਾਂ ਫਲਾਂ ਤੋਂ ਤਿਆਰ ਕੀਤਾ ਹੋਇਆ ਹੋਣਾ, ਇਹ ਕਿੰਨਾ ਸੋਹਣਾ ਲੱਗਦਾ, ਅਤੇ ਸ਼ਾਹੀ ਠਾਠ ਪਾਠ ਵਾਲਾ ਕੰਮ ਹੈ ਪੂਰਾ। ਇਹਨੇ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਜਿਨ੍ਹਾਂ ਨੇ ਬਈ ਇਹ ਮਹਿਲ ਬਣਵਾਇਆ ਸੀਗਾ, ਕਮਾਲ ਦੀ ਕਲਾਕ੍ਰਿਤੀ ਬਣਾਈ ਹੈ ਬਾਬਾ ਜੀ, ਤੁਸੀਂ ਬਹੁਤ ਸੋਹਣਾ ਖੂਬਸੂਰਤ। ਇਹ ਹੈ ਬਈ ਰਾਜਧਾਨੀ, ਰਾਜਸਥਾਨ ਦੀ ਪਿੰਕ ਸਿਟੀ 'ਚ ਫਿਰਦੇ ਹੁਣ ਅਸੀਂ, ਦੇਖ ਚਾਰੇ ਪਾਸੇ ਪਿੰਕ ਪਿੰਕ ਹੈ। ਭੀੜ ਭੜੱਕਾ ਹੁਣ ਸ਼ੁਰੂ ਹੋ ਗਿਆ, ਸਵੇਰੇ ਦਾ ਰਸ਼ ਘੱਟ ਸੀ ਜਦੋਂ ਆਪਾਂ ਸੀ, ਕਿਉਂਕਿ 10:30 ਵੱਜ ਗਏ, 1.5-2 ਘੰਟਿਆਂ ਬਾਅਦ ਅਸੀਂ ਹਵਾ ਮਹਿਲ 'ਚੋਂ ਬਾਹਰ ਨਿਕਲੇ ਹਾਂ। ਹਵਾ ਮਹਿਲ ਹੁਣ ਆਪਾਂ ਦੇਖ ਲਿਆ, ਅਤੇ ਹੁਣ ਆਪਾਂ ਚੱਲਾਂਗੇ ਜੰਤਰ ਮੰਤਰ ਅਤੇ ਸਿਟੀ ਪੈਲਸ, ਵੈਸੇ ਨੇੜੇ ਅੰਦਰ ਦੀ ਵੀ ਰਸਤਾ ਜਾਂਦਾ, ਪਰ ਆਪਾਂ ਬਾਹਰ ਦੀ ਚੱਲਾਂਗੇ ਕਿਉਂਕਿ ਅਸੀਂ ਕੁਛ ਖਾਣਾ ਪੀਣਾ ਭੁੱਖ ਲੱਗਿਆ ਜੀ ਯਾਰ। ਇਹ ਹੈ ਪਿੰਕ ਸਿਟੀ, ਪਿੰਕ ਸਿਟੀ ਦਾ ਹਵਾ ਮਹਿਲ, ਅਤੇ ਇਹਦਾ ਬਾਹਰਲਾ ਪਾਸੇ ਦੇਖ ਲਓ, ਚਾਰੇ ਪਾਸੇ ਗੁਲਾਬੀ ਗੁਲਾਬੀ ਸਿਟੀ ਹੈ ਪਿੰਕ ਸਿਟੀ। ਅਤੇ ਰਾਜਧਾਨੀਆਂ 'ਚ ਵੈਸੇ ਭੀੜ ਭੜੱਕਾ ਬਹੁਤ ਹੁੰਦਾ, ਉਹ ਤੁਹਾਨੂੰ ਪਤਾ ਹੀ ਹੈ, ਅਤੇ ਕਿਵੇਂ ਦਾ ਉਵੇਂ ਵੀ ਇੱਥੇ ਕਾਰਾਂ ਬੱਸਾਂ ਦਾ ਸ਼ੋਰ ਸ਼ਰਾਬਾ। ਇਹ ਹਵਾ ਮਹਿਲ ਦੇ ਬਾਹਰ ਦੁਕਾਨਾਂ ਆ ਗਈਆਂ, ਅਤੇ ਸਾਰਾ ਇਹ ਰਾਜਸਥਾਨੀ ਟੱਚ ਯਾਰ, ਤੁਹਾਨੂੰ ਇੱਥੇ ਸਮਾਨ ਮਿਲਦਾ ਹੈਗਾ, ਅਤੇ ਹੋਰ ਕਿਤੇ ਭਾਵੇਂ ਨਾ ਲਿਓ, ਇੱਥੋਂ ਬਹੁਤ ਸੋਹਣੀਆਂ ਚੀਜ਼ਾਂ ਮਿਲਦੀਆਂ। ਆਹ 200 ਗ੍ਰਾਮ ਦੀ ਰਜਾਈ ਆਉਂਦੀ ਹੈ ਜਿਹੜੀ ਬਹੁਤ ਮਸ਼ਹੂਰ ਹੈ, 200 ਗ੍ਰਾਮ ਦੀ ਹੈ ਨਾ ਇਹ, ਮੈਨੂੰ ਪਤਾ ਹੈ ਮੈਂ, ਕਿਉਂਕਿ ਪਹਿਲਾਂ ਵੀ ਦੇਖੀ ਸੀਗੀ, ਅਤੇ ਮਾੜੀ ਜਿਹੀ ਬਣ ਜਾਂਦੀ ਹੈ, ਛੋਟੀ ਜਿਹੀ ਜਮ੍ਹਾਂ ਚਾਦਰ ਜਿਹੀ ਰਜਾਈ ਹੁੰਦੀ ਹੈ ਇਹ 'ਚ, ਕਹਿੰਦੇ ਠੰਡ ਨਹੀਂ ਲੱਗਦੀ। ਇਹ ਲੈਦਰ ਦੇ ਪਰਸ ਵਗੈਰਾ ਅਤੇ ਲੈਦਰ ਦੇ ਬੈਗ, ਕਿਉਂਕਿ ਯਾਰ ਰਾਜਸਥਾਨ 'ਚ ਲੈਦਰ ਮਸ਼ਹੂਰ ਹੈਗਾ, ਤਾਂ ਕਰਕੇ ਬਹੁਤ ਸਾਰਾ ਸਮਾਨ ਇੱਥੋਂ ਮਿਲਦਾ ਹੈਗਾ, ਅਤੇ ਇਹਦੇ ਬਾਹਰੋਂ ਤੁਸੀਂ ਟਰਾਈ ਕਰ ਲਓ। ਜੁੱਤੀਆਂ ਮਿਲਦੀਆਂ ਖਾਸ, ਜੈਪੁਰੀ ਜੁੱਤੀ ਬਹੁਤ ਮਸ਼ਹੂਰ ਹੈ। ਹਾਂਜੀ ਲਓ ਜੀ, ਜੁੱਤੀਆਂ ਦੀਆਂ ਦੁਕਾਨਾਂ ਅਤੇ ਬੈਗਾਂ ਦੀਆਂ ਦੁਕਾਨਾਂ, ਅਤੇ ਆਪਾਂ ਜਾਣਾ ਆਪਣੀ ਮੰਜ਼ਿਲ 'ਤੇ ਸਿਟੀ ਪੈਲਸ ਨੂੰ। ਪਿੰਕ ਸਿਟੀ ਤਾਂ ਇੰਨਾ ਵੱਡਾ ਮੁੱਕਦਾ ਨਹੀਂ ਯਾਰ, ਅਤੇ ਕਿੰਨਾ ਮਰਜ਼ੀ ਦੇਖੀ ਜਾਂ ਕਿੰਨੇ ਮਰਜ਼ੀ ਇੱਥੇ ਪੈਸੇ ਖਰਚੀ ਆ। ਇਹ ਆ ਗਿਆ ਜੀ ਸਿਟੀ ਪੈਲਸ ਦਾ ਰਸਤਾ, ਇਹ ਸਿਟੀ ਪੈਲਸ ਦਾ ਮੇਨ ਦਰਵਾਜ਼ਾ, ਅਤੇ ਇਹਦੇ ਵੀ 2 ਗੇਟ ਹੈ, ਇੱਕ ਤਾਂ ਹਵਾ ਮਹਿਲ ਦੇ ਅੰਦਰ ਦੀ ਤੁਹਾਨੂੰ ਦੱਸਿਆ ਜਾ ਸਕਦੇ ਹੋ, ਅਤੇ ਦੂਜਾ ਗੇਟ ਇਹ ਆ, ਇਹ ਗੱਡੀਆਂ ਕਾਰਾਂ ਵਾਲੇ, ਅਸੀਂ ਗੱਡੀਆਂ ਕਾਰਾਂ ਵਾਲੇ ਵਿੱਚੋਂ ਦੇ ਜਾ ਰਹੇ ਹਾਂ ਪੈਦਲ।
ਚੁਗਿਰਦੇ ਦੇ ਅੰਦਰ ਆ ਕੇ ਨਾ ਤਿੰਨ ਚਾਰ ਚੀਜ਼ਾਂ ਦੇਖਣ ਵਾਲੀਆਂ ਅਸਲ 'ਚ। ਇੱਥੇ ਇੱਧਰਲੇ ਪਾਸੇ ਮਹਾਰਾਣੀ ਫੈਕਟਰੀ ਹੈ, ਉਹ ਸਾਹਮਣੇ ਰਹਿ ਗਈ, ਸਾਹਮਣੇ ਸਿਟੀ ਪੈਲਸ ਹੈ, ਅਤੇ ਇੱਥੇ ਜਿਹੜੀ ਰੋਇਲ ਫੈਮਿਲੀ ਆ ਉਹ ਅੱਜ ਵੀ ਰਹਿੰਦੀ ਹੈ। ਰੋਇਲ ਫੈਮਿਲੀ ਦਾ ਘਰ ਹੈ, ਮਤਲਬ ਮਹਾਰਾਜਾ ਮਾਨ ਸਿੰਘ ਦਾ, ਅਤੇ ਉਹਨਾਂ ਦਾ ਘਰ ਹੈ। ਇੱਧਰਲੇ ਪਾਸੇ ਜੰਤਰ ਮੰਤਰ ਹੈ, ਇਹ ਹਵਾ ਮਹਿਲ ਦੇ ਨੇੜੇ ਨੇੜੇ ਆ। ਸਾਰੀਆਂ ਚੀਜ਼ਾਂ ਤੁਹਾਨੂੰ ਉੱਪਰੋਂ ਵੀ ਦਿਖਾਈਆਂ ਸੀ ਕਿ ਹਵਾ ਮਹਿਲ ਦੇ ਉੱਪਰੋਂ ਉੱਥੋਂ ਕਿਵੇਂ ਦਿਖਦੀਆਂ। ਅਤੇ ਇੱਥੇ ਤੁਹਾਨੂੰ ਕੋਈ ਆਟੋ ਨੂੰ ਪੈਸੇ ਦੇਣ ਦੀ ਲੋੜ ਨਹੀਂ, ਤੁਰ ਕੇ ਤੁਸੀਂ ਆਰਾਮ ਨਾਲ ਪੈਦਲ ਹੀ ਘੁੰਮ ਸਕਦੇ ਹੋ। ਵੈਸੇ ਵੀ ਯਾਰ ਜੇ ਤੁਸੀਂ ਰਾਜਸਥਾਨ ਘੁੰਮਣਾ, ਸਭ ਤੋਂ ਬੈਸਟ ਟਾਈਮ ਹੈ ਸਰਦੀਆਂ ਦਾ, ਜਦੋਂ ਹੁਣ ਅਸੀਂ ਆਏ ਹਾਂ ਨਵੰਬਰ ਤੋਂ ਲੈ ਕੇ ਮਾਰਚ ਤੱਕ, ਮਾਰਚ 'ਚ ਵੀ ਗਰਮੀ ਹੋ ਜਾਂਦੀ ਹੈ, ਵੈਸੇ ਫਰਵਰੀ ਤੱਕ ਆਇਓ ਤਾਂ ਜ਼ਿਆਦਾ ਬੈਸਟ ਰਹੂਗਾ। ਇਹਦੀ ਪੈਲਸ ਦੀ ਟਿਕਟ ਹੈ ਬਈ 200 ਰੁਪਈਆ, ਅਤੇ ਜੇ ਤੁਸੀਂ ਆਹ ਚੀਜ਼ ਦੇਖਣੀ ਹੈ ਅੰਦਰ ਤਾਂ ਤੁਹਾਡਾ 2000 ਲੱਗੂ। ਵੈਸੇ 2000 ਵਾਲੀ ਰੋਇਲ ਟੂਰ ਹੈਗਾ, ਕਹਿੰਦੇ 2000 'ਚ ਹੋਊਗਾ ਜਿਹੜਾ, ਪਰ ਦੇਖਣ ਨੂੰ ਅੰਦਰ ਬਹੁਤ ਕੁਛ ਹੈ। ਕਹਿੰਦੇ ਫੋਟੋਗ੍ਰਾਫੀ ਤਾਂ ਵੀ ਅਲਾਊਡ ਨਹੀਂ ਹੈਗੀ ਯਾਰ, ਨਾਲੇ ਇੰਨੇ ਪੈਸੇ ਦਿਓ, ਨਾਲੇ ਤੁਹਾਨੂੰ ਦਿਖਾ ਨਾ ਸਕੀਏ, ਫਿਰ ਸਵਾਦ ਕਾਹਦਾ। ਸਾਡੇ ਅੰਦਰ ਨਾ ਜਾਣ ਦੀ ਗਮ ਦੇ ਵਿੱਚ ਖੁਸ਼ੀ ਦੇ ਨਾਲ ਕੋਕੇ ਕੋਲੇ, ਕੋਕਾ ਕੋਲਾ, ਡਾਇਟ ਕੋਕ, ਕਿਉਂਕਿ ਯਾਰ ਅੰਦਰ ਜਾਣ ਨਹੀਂ ਤਾਂ ਵੀਡੀਓਗ੍ਰਾਫੀ ਅਲਾਊਡ ਨਹੀਂ ਯਾਰ ਅੰਦਰ। ਗਮ ਗਮ ਖਾ ਗਿਆ ਸਾਨੂੰ, ਹੁਣ ਗਮ ਦੇ ਵਿੱਚ ਕੋਕੇ ਕੋਲੇ ਪੀ ਰਹੇ। ਖੁਸ਼ੀ ਹੋਰ ਤਾਂ ਇਹਦੇ ਨਾਲ ਮੈਂ ਕੁਛ ਨਹੀਂ ਪੀ ਸਕਦਾ, ਆਹ ਪੀ ਸਕਦਾ ਜ਼ਰੂਰ, ਡਾਇਟ ਕੋਕ। ਚੱਲ ਅੱਜ ਤੋਂ ਬਾਅਦ 'ਚ ਰਜਾਈ ਦੇਖਣ ਚੱਲਾਂਗੇ ਆਪਾਂ, ਠੀਕ ਹੈ, 100 ਗ੍ਰਾਮ। ਔਰ ਰਾਜਸਥਾਨੀ ਟੱਚ ਦੇਖਣ ਨੂੰ ਮਿਲਦਾ, ਅਤੇ ਹੁਣ ਜਿੱਥੇ ਆਪਾਂ ਜਾ ਰਹੇ ਹਾਂ, ਜਾ ਵੀ ਆਪਾਂ ਫੈਕਟਰੀ ਵੱਲ ਰਹੇ ਹਾਂ, ਜਿੱਥੇ ਮਹਾਰਾਣੀ ਫੈਕਟਰੀ ਹੈ, ਜਿੱਥੇ ਤੁਹਾਨੂੰ ਦੱਸਿਆ ਸੀ ਨਾ ਇਹਨਾਂ ਦੇ ਜਿਹੜਾ ਰੋਇਲ ਫੈਮਿਲੀ ਇਹਦੇ ਕੱਪੜੇ ਕੁੱਪੜੇ ਜਾਂ ਹੋਰ ਵਸਤਰ ਬਣਦੇ ਸੀਗੇ। ਅਤੇ ਜੇ ਤੁਸੀਂ ਨਾ ਇੱਥੋਂ ਦੀ ਯਾਰ ਜੈਪੁਰ ਦੀ ਵੈਸੇ 100 ਗ੍ਰਾਮ ਰਜਾਈ ਬਹੁਤ ਮਸ਼ਹੂਰ ਹੈਗੀ, ਵੀ 100 ਗ੍ਰਾਮ ਰਜਾਈ ਬੋਲਦੇ, ਜੇ ਉਹ ਲੈਣੀ ਹੋਵੇ ਕਦੇ ਤਾਂ ਇੱਥੇ ਆਇਓ ਸਿੱਧਾ, ਹੋਰ ਕਿਤੇ ਨਾ ਬਾਹਰੇ ਫਸਿਓ, ਕਿਉਂਕਿ ਬਾਹਰੋਂ ਯਾਰ ਰੂੰ ਰਾਂ ਪਾ ਕੇ ਜਾਲੀ ਕੰਮ ਕਰਕੇ ਵੇਚਦੇ ਆ, ਅਤੇ ਇੱਥੇ ਪਿਓਰ ਕਸ਼ਮੀਨਾ ਪਾਇਆ ਹੁੰਦਾ, ਉਹਦੇ 'ਚ ਕਸ਼ਮੀਨੇ ਤੋਂ ਬਣਦੀ ਆ ਉਹ, ਠੀਕ ਹੈ। ਕਸ਼ਮੀਨਾ ਮਤਲਬ ਜਿਹੜਾ ਕਸ਼ਮੀਰ 'ਚ ਜਾਂ ਲੇਹ ਕੰਨੀ ਲੱਦਾਖ 'ਚ ਉੱਥੋਂ ਜਿਹੜੀ ਇਹਨਾਂ ਨੂੰ ਵੂਲਨ ਮਿਲਦੀ ਆ ਉਹ ਪਾ ਕੇ ਤਿਆਰ ਕਰਕੇ ਬਣਾਉਂਦੇ ਆ। ਲਓ ਜੀ ਇਹ ਸਾਹਮਣੇ ਆ ਗਿਆ ਆਲ ਰਾਜਸਥਾਨ ਸ਼ਿਲਪ ਗ੍ਰਾਮ ਉਦਯੋਗ ਹੈ, ਅਤੇ ਇਹ ਫੈਕਟਰੀ ਹੈ, ਅਤੇ ਬਾਹਰੋਂ ਬਾਹਰੋਂ ਦਿਖਾਉਣੀ ਤੁਹਾਨੂੰ, ਮੈਂ ਅੰਦਰ ਜਾਣਾ ਨਹੀਂ ਕਿਉਂਕਿ ਜੇ ਚਲਿਆ ਗਿਆ ਅਤੇ ਫਿਰ ਤੁਹਾਨੂੰ ਪਤਾ ਇਹਨਾਂ ਦਾ ਸਮਾਨ ਦਿਖਾਉਣ ਲੱਗ ਜਾਣਾ, ਅਤੇ ਲੱਗ ਜੂਗਾ ਟਾਈਮ ਆਪਾਂ ਨੂੰ, ਅਤੇ ਤੁਹਾਨੂੰ ਮੈਂ ਜਗ੍ਹਾ ਦਿਖਾਉਣੀ ਸੀ ਕਿਉਂਕਿ ਮੇਰਾ ਯਾਰ ਫਰਜ਼ ਬਣਦਾ ਜਗ੍ਹਾ ਦਿਖਾਉਣ ਦਾ, ਕਿ ਜਿਹੜੀ ਸਹੀ ਚੀਜ਼ ਇੱਥੋਂ ਤੁਸੀਂ ਲੈ ਸਕਦੇ। ਮੈਂ ਪੁੱਛ ਪੜਤਾਲ ਕਰਕੇ ਪੂਰਾ ਫਿਰ ਆਲੇ ਦੁਆਲੇ ਤੋਂ ਇੱਥੇ, ਕਿਉਂਕਿ ਗਵਰਨਮੈਂਟ ਹੈ ਤਾਂ ਕਰਕੇ, ਅਤੇ ਇਹ ਜਗ੍ਹਾ ਹੈਗੀ, ਇੱਥੇ ਤੁਸੀਂ ਆ ਜਾਇਓ। ਹੁਣ ਆਪਾਂ ਚੱਲਦੇ ਹਾਂ ਅਗਲੀ ਜਗ੍ਹਾ ਵੱਲ, ਜੰਤਰ ਮੰਤਰ। ਇੱਧਰ ਆ ਗਿਆ ਮਾਨ ਸਿੰਘ ਪੈਲਸ, ਉਹੀ ਜਿੱਥੋਂ ਆਪਾਂ ਲੰਘ ਕੇ ਆਏ ਹਾਂ ਦੁਬਾਰੇ। ਇਹ ਨਾ ਇੱਕੋ ਹੀ ਏਰੀਆ ਯਾਰ, ਇਹ 'ਚ ਬਸ ਤੁਸੀਂ ਤੁਰੇ ਫਿਰਦੇ ਰਹੋ, ਸਾਰੀਆਂ ਚੀਜ਼ਾਂ ਅਸਲ 'ਚ ਇਹਦੇ ਵਿੱਚ ਹੀ ਦੇਖਣ ਵਾਲੀਆਂ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਪਿੰਕ ਸਿਟੀ ਦੇ ਵਿੱਚ ਜਿਹੜਾ ਇੱਕ ਚੌਗਿਰਦਾ ਬਣਿਆ ਹੋਇਆ, ਉਹਦੇ ਵਿੱਚ ਹੀ ਸਾਰਾ ਕੁਛ, ਮਤਲਬ ਪੂਰਾ ਜੈਪੁਰ ਦੇਖਣ ਵਾਲਾ ਹੈਗਾ, ਅਤੇ ਮੇਨ ਮੇਨ ਚੀਜ਼ਾਂ ਇਹਦੇ ਅੰਦਰ ਹੀ ਹੈ, ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ। ਅਸੀਂ ਜਿਵੇਂ ਨਾ ਪੈਦਲ ਤੁਰ ਕੇ ਦੇਖ ਰਹੇ ਹਾਂ, ਇਹ ਇੱਧਰ ਦੀ ਇੱਕ ਗੇਟ ਹੈ ਦਾ ਸਵਾਈ ਮਾਨ ਸਿੰਘ ਪੈਲਸ ਦਾ, ਅਤੇ ਇੱਧਰ ਦੀ ਵੀ ਦੇਖ ਸਕਦੇ ਹਾਂ। ਆਹ ਸਾਹਮਣੇ ਆ ਗਿਆ ਜੰਤਰ ਮੰਤਰ, ਇੱਧਰ ਦੇਖ ਲਓ ਆਹ ਗੇਟ ਲੰਘੇ ਹੈਗਾ, ਇੱਧਰਲੇ ਪਾਸੇ ਸਾਹਮਣੇ ਜੰਤਰ ਮੰਤਰ ਆ ਗਿਆ। ਅੰਦਰ ਜਾਣ ਦੀ ਟਿਕਟ, ਟਿਕਟ ਬਾਹਰ ਸੇ ਲੈਣੀ ਪੜੇਗੀ, ਅੱਛਾ ਟਿਕਟ ਇੱਧਰੋਂ ਲੈਣੀ ਪਊਗੀ। ਆਹ ਜ਼ਰੂਰੀ ਹੈ ਭਾਈ, ਇਹਨੂੰ ਜ਼ਰੂਰ ਨਾਲ ਲੈ ਕੇ ਆਇਓ, PHD ਵਾਲੇ ਕਾਰਡ, ਠੀਕ ਹੈ, ਬਹੁਤ ਫਾਇਦਾ ਕਰਾਉਂਦੇ ਇਹ, ਇੱਥੇ ਫਿਰ ਫਾਇਦਾ ਹੋਇਆ। ਵੈਸੇ ਜਰਨਲੀ ਟਿਕਟ ਆ ਯਾਰ 50 ਰੁਪਏ ਦੀ, ਅਤੇ ਸਾਨੂੰ ਮਿਲੀ ਹੈਗੀ 10 ਰੁਪਏ ਦੀ, ਸਾਰੇ ਕਿਤੇ ਫਾਇਦਾ ਹੀ ਫਾਇਦਾ। ਪੰਜਾਬੀ ਯੂਨੀਵਰਸਿਟੀ ਨੇ ਸਾਨੂੰ ਬਹੁਤ ਫਾਇਦੇ ਦਿੱਤੇ ਆ, ਸਭ ਤੋਂ ਵੱਡਾ ਫਾਇਦਾ ਇਹ ਹੈ, ਦੂਜਾ ਫਾਇਦਾ ਵੀਜ਼ਿਆਂ ਦਾ ਵੀ ਹੈ, ਸਾਨੂੰ ਵੀਜ਼ੇ ਸੌਖੇ ਮਿਲ ਜਾਂਦੇ ਇਹਦੇ ਨਾਲ। ਇਹ ਆ ਗਿਆ ਅੰਦਰ ਜੰਤਰ ਮੰਤਰ, ਧੂਮਰਪਾਨ ਰਹਿਤ ਖੇਤਰ, ਆਪਾਂ ਤਾਂ ਬਈ ਕਰਦੀ ਨਹੀਂ ਇਹੋ ਜਿਹਾ ਕੰਮ, ਸਿਗਰਟਾਂ ਸੁਗਟਾਂ ਜਿਹੜੇ ਕਰਦੇ ਮੇਰੇ ਵੀਰ ਉਹ ਨਾ ਕਰਿਓ, ਧੂਮਰਪਾਨ ਇੱਥੇ ਮਨਾ ਹੈਗਾ। ਇਹਦੇ ਨਾਲ ਯਾਰ ਅੰਦਰ ਸਾਰੇ ਵੱਖ ਵੱਖ ਮੋਨੂਮੈਂਟਸ ਬਣੇ ਹੋਏ ਆ, ਜਿਵੇਂ ਆਹ ਚੀਜ਼ ਅਲੱਗ ਹੈ, ਜਿਵੇਂ ਕੋਈ ਚੀਜ਼ ਸਮਾਂ ਦੱਸਦੀ ਹੈ ਨਾ, ਸਮਾਂ ਦੱਸਣ ਵਾਲੀ ਹੈਗੀ, ਕੋਈ ਚੀਜ਼ ਧੁੱਪ ਤੋਂ, ਮਤਲਬ ਪੁਰਾਣੇ ਟਾਈਮ 'ਚ ਵੀ ਕਿਵੇਂ ਕੀਤਾ ਜਾਂਦਾ ਸੀਗਾ ਉਸ ਢੰਗ ਨਾਲ ਇੱਥੇ ਬਣਾਇਆ ਹੋਇਆ। ਦਿੱਲੀ ਦੇ ਵਿੱਚ ਇਹਦੇ ਨਾਲ ਤਾਂ ਸੇਮ ਹੀ ਆ, ਜਿਹਨੇ ਦਿੱਲੀ ਵਾਲਾ ਦੇਖਿਆਗਾ ਲਗਭਗ ਸੇਮ ਹੈ, ਕਿਉਂਕਿ ਮੈਂ ਦਿੱਲੀ ਦਾ ਜੰਤਰ ਮੰਤਰ ਵੀ ਦੇਖਿਆ ਹੋਇਆ ਹੈਗਾ, ਅਤੇ ਇਹ ਅਤੇ ਉਹ ਦੋਨੇ ਸੇਮ ਆ, ਜਿਹਨੇ ਉੱਥੇ ਦੇਖਿਆ ਉਹ ਭਾਵੇਂ ਇੱਥੇ ਨਾ ਆਇਓ, ਅਤੇ ਜਿਹਨੇ ਨਹੀਂ ਦੇਖਿਆ ਉਹ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ, ਵਨ ਟਾਈਮ ਵਿਜ਼ਿਟ ਵਨ ਟਾਈਮ ਵਾਚ ਹੈਗਾ ਗਾ। ਜਿਵੇਂ ਆ ਤੁਹਾਨੂੰ ਸਾਹਮਣੇ ਦਿਖ ਰਹੇ ਨਾ, ਇਸ ਤਰ੍ਹਾਂ ਦੇ ਇੱਥੇ 19 ਤਰ੍ਹਾਂ ਦੇ ਇੰਸਟਰੂਮੈਂਟ ਅਲੱਗ ਅਲੱਗ ਬਣੇ ਹੋਏ ਆ, ਜਿਨ੍ਹਾਂ ਦੇ ਮਤਲਬ ਵਿਗਿਆਨਕ ਤਰੀਕਿਆਂ ਦੇ ਨਾਲ ਅਲੱਗ ਅਲੱਗ ਅਰਥ ਨਿਕਲ ਜਾਂ ਮਤਲਬ ਨਿਕਲ। ਜੰਤਰ ਮੰਤਰ ਨੂੰ ਨਾ ਇੱਥੋਂ ਦੇ ਮਹਾਰਾਜਾ ਸਵਾਈ ਜੈ ਸਿੰਘ ਨੇ ਬਣਵਾਇਆ ਸੀਗਾ, ਅਤੇ 1734 ਇੱਥੇ ਦੇ ਨੇੜੇ ਤੇੜੇ ਦੇ ਇਹ ਜਗ੍ਹਾ ਦੱਸਦੇ ਹੈਗੇ,
ਤੇ ਮਹਾਰਾਜੇ ਦੀ ਆਪ ਮਤਲਬ ਖਗੋਲ ਚ ਜਾਂ ਗਣਿਤ ਚ ਜਾਂ ਜੋਤਿਸ਼ ਵਿਦਿਆ ਚ ਬਹੁਤ ਜ਼ਿਆਦਾ ਮਹਾਰਾਜ ਦਾ ਇੰਟਰਸਟ ਸੀਗਾ ਤਾਂ ਕਰਕੇ ਉਹਨੇ ਇਹ ਸਾਰੀ ਜਗ੍ਹਾ ਬਣਵਾਈ। ਅਸਲ ਚ ਨਾ ਮਹਾਰਾਜੇ ਦਾ ਜਿਹੜਾ ਅਸਲੀ ਨਾਂ ਸੀਗਾ ਉਹ ਸੀਗਾ ਵਿਜੇ ਸਿੰਘ ਤੇ ਔਰੰਗਜ਼ੇਬ ਨੇ ਇਹਨੂੰ ਮਤਲਬ ਮਹਾਰਾਜੇ ਨੂੰ ਨਾਂ ਸਵਾਈ ਜੈ ਸਿੰਘ ਦਿੱਤਾ ਸੀਗਾ ਕਿਉਂਕਿ ਮਤਲਬ ਸਵਾ ਗੁਣ ਔਰੰਗਜ਼ੇਬ ਕਹਿੰਦਾ ਸੀ ਵੀ ਬੁੱਧੀ ਤੇਰੇ ਕੋਲ ਜ਼ਿਆਦਾ ਹੈ ਕਿਉਂਕਿ ਗਣਿਤ 'ਚ ਇੰਟਰਸਟ ਸੀਗਾ ਇਹ ਸਾਰੀਆਂ ਚੀਜ਼ਾਂ 'ਚ ਇੰਟਰਸਟ ਹੋਣ ਕਰਕੇ ਵੀ ਸਵਾ ਗੁਣਾ ਤੇਰੀ ਬੁੱਧੀ ਜ਼ਿਆਦਾ ਹੈ ਸਵਾਈ ਜੈ ਸਿੰਘ ਨਾਮ ਰੱਖਤਾ। ਅਤੇ ਉਸੇ ਨੇ ਫਿਰ ਅਸਲ ਦਿੱਲੀ 'ਚ ਵੀ ਇਹ ਸੇਮ ਹੀ ਬਣਿਆ ਹੋਇਆ ਤੁਹਾਨੂੰ ਪਹਿਲਾਂ ਵੀ ਦੱਸਤਾ ਅਤੇ ਦਿੱਲੀ ਵਾਲਾ ਇੱਥੇ ਮਤਲਬ ਰਿਪਲੇਸ ਕਰਕੇ ਇੱਥੇ ਬਣਾਇਆ ਹੋਇਆ। ਸਾਰਾ ਇਹ ਸਾਇੰਸ ਨਾਲ ਟੈਕਨੋਲੋਜੀ ਨਾਲ ਰਿਲੇਟਡ ਹੈਗਾ ਵੀ ਪੁਰਾਣੇ ਸਮੇਂ 'ਚ ਜਿਹੜੀ ਟੈਕਨੋਲੋਜੀ ਸੀ ਕਿਵੇਂ ਕੰਮ ਕਰਦੀ ਸੀ ਉਸ ਹਿਸਾਬ ਨਾਲ ਜੋਤਿਸ਼ ਵਿੱਦਿਆ ਕਿਵੇਂ ਕੰਮ ਕਰਦੀ ਸੀ ਉਸ ਹਿਸਾਬ ਨਾਲ ਦੱਸਿਆ ਹੋਇਆ ਹੈਗਾ। ਅਤੇ ਜਿਵੇਂ ਸਕੂਲ ਦੇ ਜਵਾਕਾਂ ਨੂੰ ਟੂਰ ਲੈ ਕੇ ਆਉਣਾ ਉਹਦੇ ਲਈ ਸਭ ਤੋਂ ਵਧੀਆ ਸਕੂਲ ਦੇ ਜਵਾਕਾਂ ਨੂੰ ਤੁਸੀਂ ਇੱਥੇ ਲਿਆ ਸਕਦੇ ਹੋ ਅਤੇ ਵੈਸੇ ਵੀ ਦੇਖਣ ਨੂੰ ਵਧੀਆ ਫੈਮਲੀ ਲਈ ਵੀ ਵਨ ਟਾਈਮ ਵਾਚ ਤੁਹਾਨੂੰ ਦੱਸਦਾ ਹੈਗਾ ਹੈਗਾ। ਸੋ ਇਹ ਸੀ ਜੰਤਰ ਮੰਤਰ ਅਤੇ ਹੁਣ ਆਪਾਂ ਕਰਦੇ ਹਾਂ ਐਗਜ਼ਿਟ ਇੱਥੋਂ ਨਿਕਲਦੇ ਹਾਂ ਬਾਹਰ ਅਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹਾਂ ਜਿੱਥੋਂ ਤੁਸੀਂ ਪੂਰਾ ਪਿੰਕ ਸਿਟੀ ਦੇਖ ਸਕਦੇ ਹੋ। ਅਤੇ ਪਿੰਕ ਸਿਟੀ ਮਤਲਬ ਆਹ ਰਹਿ ਗਿਆ ਸੀਗਾ ਓਬਜ਼ਰਵਰਸ ਰੂਮ ਹੈ। ਸੋ ਇਹ ਵੀ 1728 'ਚ ਲੱਗਿਆ ਸੀ ਜੀ ਯੰਤਰ। ਅੱਛਾ ਉਦੋਂ ਦੀ ਧਰਤੀ ਦੇ ਹਿਸਾਬ ਨਾਲ ਦੇਸ਼ਾਂ ਦੇ ਹਿਸਾਬ ਨਾਲ ਵੰਡ ਕੇ ਉਹ ਮੈਂ ਬਣਾਇਆ ਹੋਇਆ ਕੀ ਵੰਡ ਸੀਗੀ ਉੱਥੇ। ਠੀਕ ਹੈ ਅਤੇ ਹੁਣ ਆਪਾਂ ਚੱਲਦੇ ਹਾਂ ਆਊਟਸਾਈਡ। ਆਊਟਸਾਈਡ ਜਾ ਕੇ ਤੁਹਾਨੂੰ ਨਾ ਇੱਕ ਟਾਵਰ ਦਿਖਾਉਣਾ ਮੀਨਾਰ ਬੋਲਦੇ ਹਾਂ ਉਹਨੂੰ। ਮੀਨਾਰ ਤੋਂ ਜਿੱਥੋਂ ਪੂਰਾ ਪਿੰਕ ਸਿਟੀ ਦਿਖਦਾ ਪੂਰਾ ਪਿੰਕ ਸਿਟੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਉਹ ਤੋਂ ਬਾਅਦ 'ਚ ਫਿਰ ਆਪਾਂ ਚੱਲਾਂਗੇ ਜਲ ਮਹਿਲ। ਜਲ ਮਹਿਲ ਦਿਖਾਵਾਂਗੇ ਤੁਹਾਨੂੰ ਬਾਹਰ ਦਾ ਰਸਤਾ ਵੀ। ਅਤੇ ਨੇੜੇ ਇੱਥੇ ਮੀਨਾਰ ਹੈਗਾ ਜਿੱਥੋਂ ਪੂਰਾ ਪਿੰਕ ਸਿਟੀ ਦਿਖਦਾ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮੱਚ। ਰਾਜਸਥਾਨ ਦਾ ਯਾਰ ਵਾਕਈ ਜੀ ਲੱਗਦਾ। ਇੱਕ ਤਾਂ ਸਰਦੀਆਂ ਦੇ ਦਿਨ ਅਤੇ ਮਿੱਠੀ ਮਿੱਠੀ ਧੁੱਪ ਆ ਅਤੇ ਉੱਪਰੋਂ ਯਾਰ ਇਹ ਇੱਥੋਂ ਦਾ ਆਰਕੀਟੈਕਚਰ ਕਮਾਲ ਹੈ। ਮਤਲਬ ਐਂ ਲੱਗਦਾ ਨਾ ਵੀ ਇੱਥੇ ਰਹੀਏ ਯਾਰ, ਇੱਥੇ ਘੁੰਮੀ ਜਾਈਏ, ਇੰਨਾ ਪਿਆਰਾ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸਮਾਨ 'ਚ ਹੋ ਉੱਥੇ। ਅਤੇ ਇੱਥੋਂ ਪੂਰਾ ਕਹਿੰਦੇ ਜੈਪੁਰ ਦਿਖਦਾ ਯਾਰ। ਜੇ ਤੁਸੀਂ ਜੈਪੁਰ ਵੈਸੇ ਨਹੀਂ ਘੁੰਮ ਸਕਦੇ ਦੂਰਬੀਨ ਲੈ ਆਓ ਅਤੇ ਉੱਪਰੋਂ ਦੇਖ ਲਿਓ। ਇਹਦਾ ਨਾਮ ਹੈ ਯਾਰ ਇਸਰਲੱਟ। ਆਪਾਂ ਕਹਿੰਦੇ ਨਾ ਪੰਜਾਬੀ 'ਚ ਮੀਨਾਰ, ਮੀਨਾਰ ਵੀ ਵੈਸੇ ਉਰਦੂ ਅਰਦੂ ਦਾ ਸ਼ਬਦ ਹੈ, ਪੰਜਾਬੀ ਦਾ ਨਹੀਂ ਹੈਗਾ। ਇਸਰਲੱਟ ਬੋਲਦੇ ਇਹਨੂੰ। ਅਤੇ 140 ਫੁੱਟ ਉੱਚਾ ਹੈਗਾ, ਬਹੁਤ ਉੱਚਾ ਯਾਰ। ਅਤੇ ਇਹ ਇਤਿਹਾਸ ਹੈ ਇਹਦਾ, ਇੱਥੋਂ ਦੀ ਟਿਕਟ ਹੈ ਕਹਿੰਦੇ ਇਹਦੇ ਵੀ ਅੰਦਰ ਜਾਣ ਦੀ। ਅਤੇ ਇਹਦੀ ਟਿਕਟ ਕਿੰਨੇ ਰੁਪਏ ਹੈ? ਟਿਕਟ 50 ਰੁਪਏ ਹੈ। ਸਟੂਡੈਂਟ ਆਈ ਡੀ ਚਲਦੀ ਹੈ ਜਹਾਂ ਇੰਡੀਅਨ ਸਟੂਡੈਂਟ, ਇੱਥੇ ਵੀ ਚੱਲੂ ਮੈਨੂੰ ਲੱਗਦਾ। ਇਹ ਲਓ ਸਰ, ਲਓ ਜੀ ਪਾਸ ਹੋ ਗਏ। ਕਹਾਂ ਸਰ ਰਸਤਾ ਲਿਫਟ ਤਾਂ ਨਹੀਂ ਹੈ, ਪੈਦਲ ਇਹ ਚੰਗੀ ਕਸਰਤ ਕਰਾਉਣਗੇ ਅਤੇ ਉੱਪਰ ਚੜ੍ਹ ਕੇ ਜਾਣਾ ਪਊਗਾ ਯਾਰ। ਇੱਕ ਗੱਲ ਤਾਂ ਵਧੀਆ ਦੇ ਅੰਦਰ ਨਾ ਪੌੜੀਆਂ ਨਹੀਂ ਹੈਗੀਆਂ, ਆਹ ਤੁਰਕੇ ਵਾਲਾ ਸਿਸਟਮ ਹੈ, ਪਾ 'ਚ ਟੁਕੜੀ ਜੀ ਲੱਗੀ ਹੈ, ਬਸ ਤੁਰੇ ਜਾਓ। ਮੀਨਾਰ ਦੇ ਆਪਾਂ ਪਹੁੰਚ ਗਏ ਟੌਪ 'ਤੇ। ਅਤੇ ਇੱਥੋਂ ਇਹ ਜੈਪੁਰ ਦੀ ਸਭ ਤੋਂ ਉੱਚੀ ਜਗ੍ਹਾ ਯਾਰ। ਅਤੇ ਉਹ ਸਾਹਮਣੇ ਹਵਾ ਮਹਿਲ ਆ, ਅਤੇ ਇੱਧਰ ਜੰਤਰ ਮੰਤਰ ਆ ਗਿਆ, ਅਤੇ ਉਹ ਸਾਹਮਣੇ ਜਿਹੜਾ ਵੱਡਾ ਸਾਰਾ ਦਿਖਦਾ ਸਿਟੀ ਪੈਲਸ। ਅਤੇ ਇੱਧਰ ਪੂਰਾ ਰਾਜਸਥਾਨ ਦੇ ਆਲੇ ਦੁਆਲੇ ਪਹਾੜ ਹੈ, ਤੁਹਾਨੂੰ ਹਵਾ ਮਹਿਲ ਤੋਂ ਵੀ ਦਿਖਾਈ ਸੀ ਆ। ਦੇਖੋ ਇੱਥੋਂ ਸ਼ੁਰੂ ਹੋ ਜਾਂਦੇ ਇਹ ਚਾਰੇ ਪਾਸੇ, ਇੱਧਰ ਪਹਾੜ ਹੈ ਅਤੇ ਇੱਧਰ ਪਹਾੜਾਂ ਜਿੱਡੇ ਜਿੱਡੇ ਬੰਦੇ ਸਾਹਮਣੇ। ਇਹ ਆਪਣੇ ਵਲੋਗ ਦੇਖਦੇ ਬਾਈ ਅੰਮ੍ਰਿਤਸਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਬਾਈ। ਅਤੇ ਬਹੁਤ ਚੰਗਾ ਲੱਗਿਆ ਯਾਰ ਮਿਲ ਕੇ ਤੁਹਾਨੂੰ, ਥੈਂਕ ਯੂ ਸੋ ਮੱਚ। ਠੀਕ ਹੈ ਬਾਈ, ਅਤੇ ਬਾਈ ਜੀ ਨੇ ਬਹੁਤ ਚੰਗਾ ਲੱਗਿਆ ਯਾਰ। ਪੰਜਾਬ ਦੇ ਬੰਦੇ ਨਾ ਨੇੜੇ ਤੇੜੇ ਏਰੀਏ 'ਚ ਜਿਵੇਂ ਇੱਥੇ ਤਾਂ ਮਿਲੇ ਜਾਂਦੇ ਆ, ਜੈਪੁਰ ਵਗੈਰਾ ਜਾਂ ਹੋਰ ਆਪਣੇ ਘੁੰਮਦੇ ਰਹਿੰਦੇ ਆ। ਅਤੇ ਇਹ ਸੀ ਉੱਪਰੋਂ, ਅਤੇ ਉੱਪਰੋਂ ਯਾਰ ਤੁਸੀਂ ਦੇਖ ਸਕਦੇ ਹੋ ਵਨ ਟਾਈਮ ਵਾਚ ਹੈਗਾ ਗਾ। ਅਤੇ ਜੇ ਜ਼ਿਆਦਾ ਨਹੀਂ ਆਉਣਾ, ਵੈਸੇ ਪਿੰਕ ਸਿਟੀ ਦਿਖਦਾ ਇੱਥੋਂ ਜ਼ਿਆਦਾਤਰ ਦੇਖਣ ਦਾ ਫਾਇਦਾ ਇਹ ਹੈ, ਜਿਵੇਂ ਪਿੰਕ ਦਿਖਦਾ ਤਾਂ ਨਹੀਂ ਕਹਿੰਦੇ ਸੀ ਪਰ ਦਿਖਿਆ ਨਹੀਂ ਹੈਗਾ, ਥੱਲੋਂ ਜ਼ਿਆਦਾ ਪਿੰਕ ਦਿਖਦਾ ਉੱਪਰੋਂ ਨਹੀਂ ਦਿਖਦਾ। ਇਹ ਹੈ ਪਿੰਕ ਸਿਟੀ ਦਾ ਨਜ਼ਾਰਾ, ਜੈਪੁਰ ਸਾਰਾ ਦਿਖਦਾ ਯਾਰ। ਇੱਧਰਲੇ ਪਾਸੇ ਹੈਗਾ ਜਲ ਮਹਿਲ, ਹੁਣ ਤੁਹਾਨੂੰ ਜਲ ਮਹਿਲ ਦਿਖਾਉਣਾ ਇਦੂ ਬਾਅਦ 'ਚ, ਕਿਉਂਕਿ ਹੁਣ ਸ਼ੋਪਿੰਗ ਹੋ ਗਿਆ ਤੂੰ ਵਲੋਗ ਬਹੁਤ ਕਰ ਲਿਆ, ਹੁਣ ਸਾਨੂੰ ਸ਼ੋਪਿੰਗ ਨੂੰ ਕੁਛ ਟਾਈਮ ਦੇ, ਸ਼ੋਪਿੰਗ ਨੂੰ ਟਾਈਮ ਦੇਣਾ ਆਪਾਂ ਥੱਲੇ ਜਾ ਕੇ। ਅਤੇ ਪਿੰਕ ਸਿਟੀ 'ਚ ਇੱਥੇ ਘੁੰਮਣਗੀਆਂ ਉਹ ਗੇੜੇ ਦੇਣਗੀਆਂ, ਪੈਸੇ ਲਵਾਉਣਗੀਆਂ, ਅਤੇ ਉਦੋਂ ਬਾਅਦ 'ਚ ਐਂਡ 'ਤੇ ਤੁਹਾਨੂੰ ਜਲ ਮਹਿਲ ਦਿਖਾਵਾਂਗੇ, ਫਿਰ ਵਲੋਗ ਕਰਾਂਗੇ ਸਮਾਪਤ। ਅਤੇ ਕੱਲ੍ਹ ਦੇ ਵਲੋਗ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਕਿਲੇ, ਉਹ ਪਹਿਲੀ ਦੱਸਦਾ ਉਹ ਸਾਹਮਣੇ ਕਿਲੇ ਨੇ ਜਿਹੜੇ ਉੱਪਰ। ਹੁਣ ਪਹੁੰਚ ਗਏ ਆਪਾਂ ਜਲ ਮਹਿਲ, ਸਾਹਮਣੇ ਜਲ ਮਹਿਲ ਆ ਅਤੇ ਜੈਪੁਰ ਦਾ ਜਲ ਮਹਿਲ ਕਹਦਾ ਯਾਰ, ਹੁਣ ਤਾਂ ਹੋਰ ਹੀ ਕੁਛ ਬਣਿਆ ਪਿਆ ਗਿਆ। ਅਸਲ ਵਿੱਚ ਪਹਿਲੇ ਦਿਨ ਹੀ ਐਂ ਖਰਾਬ ਹੈ, ਪਤਾ ਨਹੀਂ ਯਾਰ ਇਹਦੀ ਸੰਭਾਲ ਨਹੀਂ ਕੀਤੀ, ਕਿਉਂਕਿ ਜਦੋਂ ਮੈਂ ਪਹਿਲਾਂ ਵੀ ਦੇਖਿਆ ਸੀ ਨਾ ਕਾਫੀ ਸਾਲ ਪਹਿਲਾਂ, ਉਦੋਂ ਵੀ ਇਹਦੀ ਇਹੀ ਸਿਚੁਏਸ਼ਨ ਸੀਗੀ। ਇੱਕ ਤਾਂ ਆਪਣੀ ਪਬਲਿਕ ਦਾ ਵੀ ਕੁਛ ਨਾ ਕੁਛ ਕਸੂਰ ਹੈ ਯਾਰ, ਆਪਾਂ ਸਾਫ਼ ਸੂਫ ਨਹੀਂ ਰੱਖਦੇ ਹੈ ਨਾ। ਇਹ ਦੇਖੋ ਮਹਿਲ ਤਾਂ ਉਹ ਟਾਈਮਾਂ 'ਚ ਪਾਇਆ ਹੋਣਾ, ਇਹ ਮਾਨ ਸਿੰਘ ਲੇਕ ਵੱਜਦੀ ਹੈਗੀ, ਇਹ ਮਾਨ ਸਿੰਘ ਝੀਲ। ਇਹਦਾ ਨਾਮ ਸੀਗਾ ਪਹਿਲਾਂ ਸਮਰ ਪੈਲਸ, ਰਾਜਾ ਮਾਨ ਸਿੰਘ ਦਾ ਮਹਿਲ ਸੀਗਾ ਇਹ, ਕਿਉਂਕਿ ਗਰਮੀਆਂ 'ਚ ਰਾਜਾ ਮਾਨ ਸਿੰਘ ਇੱਥੇ ਆਇਆ ਕਰਦੇ ਸੀ, ਮਾਨ ਸਿੰਘ ਦਾ ਮਹਿਲ ਹੈ ਇਹ।
ਅਤੇ ਫਿਰ ਇਹਦੇ ਵਿੱਚ ਪਾਣੀ ਭਰ ਗਿਆ, ਜਿਵੇਂ ਡੇਢ ਮੰਜ਼ਲੇ ਦੇ ਉੱਪਰ ਹੈ, ਡੇਢ ਮੰਜ਼ਲੇ ਦੇ ਪਾਣੀ ਵਿੱਚ ਹੈਗਾ, ਪਾਣੀ ਯਾਰ ਬਹੁਤ ਗੰਦਾ ਹੈ, ਕਿਸੇ ਦੀ ਸਫਾਈ ਨਹੀਂ ਕਰਦੇ। ਗਰਮੀ ਦੇ ਵਿੱਚ ਇਹ ਪਾਣੀ ਵੈਸੇ ਪਿੱਛੇ ਵੀ ਚਲਾ ਜਾਂਦਾ, ਉਹ ਉੱਥੇ ਤੱਕ ਗਰਮੀ 'ਚ ਪਾਣੀ ਹਟ ਜਾਂਦਾ ਹੈਗਾ। ਜਿਹੜੀਆਂ ਇੱਧਰਾਂ ਸੈਨਿਕਾਂ ਦੇ ਲਈ ਸੀ ਇਹ ਡੁੱਬੀਆਂ ਪਈਆਂ, ਪਿੱਛੇ ਇਹਦੇ ਜੇਲ੍ਹ ਸੀਗੀ ਰਜਮਾਨ ਸਿੰਘ ਦੀ, ਅਤੇ ਜੇਲ੍ਹ ਵੀ ਹੁਣ ਮਤਲਬ ਡੁੱਬੀ ਪਈ ਹੈ ਪਾਣੀ 'ਚ, ਅਤੇ ਡੇਢ ਮੰਜ਼ਲੇ ਦੀ ਉਹ ਵੀ ਤੁਹਾਨੂੰ ਦੱਸਤਾ ਪਾਣੀ 'ਚ 30 ਫੁੱਟ ਦੀ ਡੰਗਾਈ ਹੋਣੀ। ਜਦੋਂ ਉਹਨਾਂ ਨੇ ਇਹ 'ਚ ਪਾਣੀ ਭਰਿਆ ਅਤੇ ਪਾਣੀ ਭਰਨ ਕਰਕੇ ਇਹਦਾ ਨਾਂ ਰੱਖਤਾ ਜਲ ਮਹਿਲ, ਅਤੇ ਮੁੜ ਕੇ ਪਾਣੀ ਇੱਥੋਂ ਨਿਕਲਿਆ ਨਹੀਂ ਯਾਰ, ਗਵਰਨਮੈਂਟ ਵੀ ਨੇ ਵੀ ਨਹੀਂ ਕੱਢਿਆ ਹੈਗਾ, ਐਵੇਂ ਡੁੱਬੇ ਹੀ ਰਹਿਣ ਦਾ, ਅਤੇ ਜਲ ਮਹਿਲ ਪ੍ਰੋਪਰ ਬਣਾਤਾ। ਸਫਾਈ ਤੁਹਾਨੂੰ ਦੱਸਿਆ ਇਹਦੀ ਹੁੰਦੀ ਨਹੀਂ ਹੈਗੀ, ਇੰਨਾ ਗੰਦ ਪਾ ਕੇ ਰੱਖਦੀ ਹੈ ਪਬਲਿਕ ਇੱਥੇ। ਅਤੇ ਬਾਹਰ ਇਹਦੇ ਯਾਰ ਦੁਕਾਨਾਂ ਦੁਕਾਨਾਂ ਬਹੁਤ ਲੱਗੀਆਂ ਹੋਈਆਂ, ਅਤੇ ਸਭ ਤੋਂ ਵੱਧ ਤੁਹਾਨੂੰ ਰੌਣਕ ਮੇਲਾ ਇੱਥੇ ਦੇਖਣ ਨੂੰ ਮਿਲੂਗਾ, ਰਾਜਸਥਾਨ ਦਾ ਪੂਰਾ ਰੌਣਕ ਮੇਲਾ। ਇਹ ਸਮਾਨ ਹੈ ਇੱਥੇ ਪੂਰਾ ਜਚਾ ਜਚਾ ਰੱਖਿਆ ਹੋਇਆ ਹੈਗਾ, ਭੀੜ ਜ਼ਿਆਦਾ ਆਉਂਦੀ ਇੱਥੇ। ਵੈਸੇ ਇੱਥੇ ਦੇਖਣ ਨੂੰ ਕੁਛ ਜ਼ਿਆਦਾ ਹੈ ਨਹੀਂ, ਸਕਿੱਪ ਵੀ ਕਰ ਸਕਦੇ ਹੋ, ਪਰ ਇਹ ਅੰਬੇਰ ਫੋਰਟ ਇੱਧਰ ਸਿੱਧਾ ਪੈਂਦਾ, ਰਾਹ ਜਾਂਦੀ ਆਉਂਦਾ, ਰਾਹ ਜਾਂਦੇ ਤੁਸੀਂ ਖੜ ਸਕਦੇ ਹੋ, ਦੋ ਮਿੰਟ ਦੇਖ ਲਿਓ ਯਾਰ, ਫੋਟੋਆਂ ਖਿੱਚ ਲੈਂਦਾ ਬੰਦਾ, ਮੈਮਰੀਜ਼ ਬਣ ਜਾਂਦੀ ਹੈ। ਮੈਗਨੇਟ ਯਾਰ ਬਹੁਤ ਪਿਆਰੇ ਮਿਲਦੇ ਆ, ਮੈਨੂੰ ਮੈਗਨੇਟ ਬਹੁਤ ਸੋਹਣੇ ਲੱਗੇ ਇੱਥੇ, ਅਤੇ ਇਹ ਦੇਖੋ ਟ੍ਰੈਡੀਸ਼ਨਲ ਨੇ ਸਾਰੇ। ਅੱਛਾ ਕਿਤਨੇ ਗਏ ਜੀ? 50 ਕਾ ਹੈਗਾ। ਕਈ ਲੋਕ ਨਾ ਇੰਨੇ ਦਰਿਆ ਦਿਲ ਹੁੰਦੇ ਨੇ, ਅਤੇ ਮੈਂ ਕਿਹਾ ਯਾਰ ਬਾਈ ਨੂੰ ਵਿੱਚ ਲਵਾਂ, ਮੈਂ ਤਾਂ ਵੈਸੇ ਕਰ ਲਿਆ ਸੀਗਾ, ਅਤੇ ਬਾਈ ਕਹਿੰਦਾ ਪਰ ਵੀ ਤੂੰ ਮੈਨੂੰ ਕੈਮਰੇ 'ਚ ਲਿਆ, ਮੈਂ ਕਹਿੰਦਾ ਆਹ ਗਿਫਟ ਕੀਤਾ ਬਾਈ ਨੇ ਮੈਨੂੰ ਰਾਜਸਥਾਨ ਦਾ। ਹਮ ਰਾਜਸਥਾਨ ਕੀ ਪਹਿਚਾਨ ਦੇ ਰਹੇ ਹੈ ਔਰ ਸੰਭਾਲ ਕੇ ਰੱਖਣਾ, ਹਮਾਰੇ ਰਾਜਸਥਾਨ ਕੋ ਦਿਲ ਕੇ ਅੰਦਰ ਰੱਖਣਾ, ਇਹ ਮੇਰੇ ਬੜੇ ਭਾਈ ਹੈ, ਇਨਕਾ ਸਨਮਾਨ ਹੈ, ਰਾਜਸਥਾਨ ਵਾਲੋ ਇਨਕਾ ਵੈਲਕਮ ਕਰਤੇ ਹੈ, ਸਵਾਗਤ ਕਰਤੇ ਹੈ, ਜਬ ਵੀ ਆਏਂਗੇ ਹਮ ਮੈਗਨੇਟ ਦੇਂਗੇ ਇਨਕੋ, ਹਮਾਰੀ ਤਰਫ ਸੇ ਗਿਫਟ ਹੋਗਾ ਰਾਜਸਥਾਨ। ਥੈਂਕ ਯੂ ਯਾਰ, ਥੈਂਕ ਯੂ ਸੋ ਮਚ। ਅਤੇ ਇਹ ਲੋਕ ਬਾਈ ਯਾਰ ਇੰਨਾ ਪਿਆਰ ਕਰਦੇ ਆ, ਜਦੋਂ ਨਾ ਤੁਸੀਂ ਕੁਛ ਯੂਟਿਊਬ 'ਚ ਲਾਉਣ ਲੱਗ ਜਾਣਾ, ਕੁਛ ਫਾਇਦੇ ਵੀ ਹੋ ਜਾਂਦਾ। ਦੇਖ ਰਾਜਸਥਾਨ ਦੀ ਇੱਕ ਪਿਆਰੀ ਜਿਹੀ ਮੈਮਰੀ ਮਿਲ ਗਈ, ਅਤੇ ਹਮੇਸ਼ਾ ਮੇਰੇ ਦਿਲ 'ਚ ਬਾਈ ਵੀ ਮੇਰੇ ਦਿਲ 'ਚ ਰਹੂਗਾ, ਅਤੇ ਥੈਂਕ ਯੂ ਸੋ ਮਚ। ਤੁਸੀਂ ਯਾਰ ਜਦੋਂ ਆਉਂਗੇ ਬਾਈ ਨੂੰ ਲੈ ਲਿਓ ਕੁਛ ਨਾ ਕੁਛ, ਇੱਥੇ ਹੀ ਮਿਲੂੰਗਾ, ਕਹਿੰਦਾ ਮੈਂ ਬਹੁਤ ਸਾਲਾਂ ਤੋਂ ਇੱਥੇ ਹੀ ਹਾਂ। ਸੋ ਇਹ ਸੀ ਆਪਣਾ ਬਾਕੀ ਅੱਜ ਦਾ ਵਲੋਗ। ਅੱਜ ਦੇ ਵਲੋਗ 'ਚ ਆਪਾਂ ਦੇਖਿਆ ਹਵਾ ਮਹਿਲ, ਜਲ ਮਹਿਲ, ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਅਤੇ ਕੱਲ੍ਹ ਦੇ ਵਲੋਗ 'ਚ ਹੁਣ ਆਪਾਂ ਦੇਖਾਂਗੇ ਕਿਲ੍ਹੇ, ਜੈਪੁਰ ਦੇ ਕਿਲ੍ਹੇ, ਇੱਥੋਂ ਹੀ ਰਸਤਾ ਜਾਂਦਾ ਜੈਪੁਰ ਦੇ ਕਿਲ੍ਹੇ ਨੂੰ, ਅੰਬੇਰ ਫੋਰਟ ਇੱਧਰਲੇ ਪਾਸੇ ਹੈ, ਉਹ ਆਪਾਂ ਤੁਹਾਨੂੰ ਕੱਲ੍ਹ ਦੇ ਵਲੋਗ 'ਚ ਦਿਖਾਵਾਂਗੇ। ਜਿਹੜੀਆਂ 3-4 ਚੀਜ਼ਾਂ ਸਿਟੀ ਦਾ ਟੂਰ ਸੀਗਾ ਪੂਰਾ, ਅਤੇ ਕੱਲ੍ਹ ਨੂੰ ਆਪਾਂ ਟੂਰ ਕਰਾਂਗੇ ਆਊਟ ਆਫ ਸਿਟੀ, ਕੱਲ੍ਹ ਨੂੰ ਜਿੰਨੀਆਂ ਸਿਟੀ ਤੋਂ ਬਾਹਰ ਚੀਜ਼ਾਂ। 3 ਕਿਲ੍ਹੇ ਯਾਰ ਜੈਪੁਰ 'ਚ ਮੇਨ ਦੇਖਣ ਵਾਲੇ, ਅੰਬੇਰ ਫੋਰਟ ਹੈ, ਨਾਹਰਗੜ੍ਹ ਫੋਰਟ ਹੈ, ਅਤੇ ਜੈਗੜ੍ਹ ਫੋਰਟ ਹੈ, ਤਿੰਨੇ ਹੁਣ ਆਪਾਂ ਤੁਹਾਨੂੰ ਉਹ ਕੱਲ੍ਹ ਨੂੰ ਦਿਖਾਵਾਂਗੇ। ਕੱਲ੍ਹ ਦੇ ਵਲੋਗ ਦਾ ਤੁਸੀਂ ਕਰਿਓ ਇੰਤਜ਼ਾਰ। ਅੱਜ ਦਾ ਵਲੋਗ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇਹ ਜ਼ਰੂਰੀ ਹੈਗਾ ਹਰ ਵਲੋਗ ਦੇ ਵਿੱਚ ਮੈਂ ਬੋਲਦਾ, ਕਿਉਂਕਿ ਤੁਹਾਡਾ ਸਾਥ ਸਾਨੂੰ ਐਪਰੀਸ਼ੀਏਟ ਕਰਦਾ ਹੈਗਾ। ਅਤੇ ਸੋ ਗੁੱਡ ਬਾਏ।